ਜੋ ਹਾਈ ਕੋਰਟ ਨੇ ਥੋੜਾ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਿਆ ਇਹ ਚਤਾਈ ਆਉਣੀ ਹੈ ਨਾ ਉਦੋਂ ਤੱਕ ਬੀਜੇਪੀ ਦੀ ਜ਼ਰੂਰਤ ਮਹਿਸੂਸ ਹੋ ਜਾਣੀ ਹੈ ਲੋਕਾਂ ਨੇ ਆਪ ਲੈ ਕੇ ਉਹ ਜੱਤ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਾਂਗਰਸ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਲਗਾਤਾਰ ਨਾ ਹੀ ਤਾਂ ਹਾਲੇ ਤੱਕ ਉਹਨਾਂ ਦੀ ਕੋਈ ਵਧਾਈ ਸਾਹਮਣੇ ਆਈ ਹੈ ਤੇ ਨਾ ਹੀ ਜਿਹੜੀਆਂ ਆਫੀਸ਼ੀਅਲੀ ਮੀਟਿੰਗਾਂ ਹੋ ਰਹੀਆਂ ਨੇ ਉਸ ਦੀ ਅਗਵਾਈ ਕਰਦੇ ਨਜ਼ਰ ਆ ਰਹੇ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਵਾਲੇ ਨੇ ਉਹ ਬੀਜੇਪੀ ਨੂੰ ਸਮਝਦੇ ਨਹੀਂ ਅਸੀਂ ਜੇ ਪ੍ਰਧਾਨ ਜੀ ਕਿਤੇ ਨਹੀਂ ਹੈਗੇ ਤਾਂ ਕੋਈ ਫਰਕ ਨਹੀਂ ਪੈਂਦਾ ਇਸ ਸਮੇਂ ਨਜ਼ਰ ਨਹੀਂ ਆ ਰਿਹਾ ਭਾਜਪਾ ਦੇ ਬਾਕੀ ਲੀਡਰ ਨਜ਼ਰ ਆ ਰਹੇ ਨਹੀਂ ਆਰਲੀ ਪਾਰਟੀ ਦੇ ਵਿੱਚੋਂ ਲਿਆ ਕੇ ਇਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਦੇ ਨੇ ਜਿਆਦਾ ਸਹੀ ਨੇ ਜਾਂ ਫਿਰ ਜੋ ਭਾਜਪਾ ਦੇ ਵਿੱਚ ਲੰਬੇ ਸਮੇਂ ਤੋਂ ਹਨ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਫੈਸਲੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਘੱਟੋ ਘੱਟ 250 ਦੇ ਕਰੀਬ ਪੰਚਾਇਤੀ ਚੋਣਾਂ ਉੱਤੇ ਸਟੇ ਵੀ ਲਗਾ ਦਿੱਤੀ ਗਈ ਹੈ ਦੂਜੇ ਪਾਸੇ ਪੰਜਾਬ ਦਾ ਮਾਹੌਲ ਦੇਖਿਏ ਤਾਂ ਪਿੰਡਾਂ ਤੋਂ ਲੈ ਕੇ ਪੂਰੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇੱਕ ਗਰਮਾਹਟ ਆਈ ਹੈ ਇਸ तमाम ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਗਰੀਵਾਲ ਮੌਜੂਦ ਹੈ ਗਰੀਵਾਲ ਸਾਹਿਬ ਪੰਚਾਇਤੀ ਚੋਣਾਂ ਸਿਰਫ 5 ਦਿਨ ਬਾਕੀ ਨੇ ਉਸ ਤੋਂ ਪਹਿਲਾਂ ਹੀ ਲਗਾਤਾਰ ਹਾਈ ਕੋਰਟ ਦੇ ਵੱਲੋਂ ਫੈਸਲੇ ਆ ਰਹੇ ਨੇ ਅਜੀਬਾ ਮਾਹੌਲ ਸਾਨੂੰ ਪਹਿਲਾਂ ਨਹੀਂ ਨਜ਼ਰ ਆਇਆ ਸੀ ਜੋ ਇਸ ਵਾਰ ਨਜ਼ਰ ਆ ਰਿਹਾ ਹੈ ਦੇਖੋ ਜਿਹੜਾ ਪੰਚਾਇਤਾਂ ਨੇ ਨਾ ਉਹ ਲੋਕਤੰਤਰ ਦਾ ਆਧਾਰ ਨੇ ਸਭ ਤੋਂ ਨੀਚੇ ਦੀ ਇਕਾਈ ਹੈ ਅਗਰ ਡਿਵੈਲਪਮੈਂਟ ਵੀ ਹੋਣੀ ਹੈ ਤਾਂ ਉੱਥੇ ਹੀ ਹੋਣੀ ਔਰ ਅਗਰ ਡੈਮੋਕ੍ਰੇਸੀ ਦੇ ਲਈ ਪਰਿਪੱਕਤਾ ਹੋਣੀ ਹੈ ਟ੍ਰੇਨਿੰਗ ਹੋਣੀ ਹੈ ਉਹ ਵੀ ਉੱਥੇ ਹੀ ਹੁੰਦੀ ਹੈ ਸਭ ਤੋਂ ਛੋਟੀ ਇਕਾਈ ਹੈ ਔਰ ਉਹਦਾ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ ਮਰਿਆਦਾ ਰੱਖਣੀ ਬਹੁਤ ਜ਼ਰੂਰੀ ਹੈ ਪਰੇ ਸਰਕਾਰ ਨੇ ਸਾਰੇ ਐਮਐਲਏ ਆ ਪੇਪਰ ਰੱਦ ਕਰੋ ਆ ਕਰੋ ਜਿਹੜੇ ਅਫੀਸਰ ਸੀ ਸਭ ਜਗ੍ਹਾ ਜਗਾ ਤਰਨੇ ਲੱਗੇ ਜਗਾ ਜਗਾ ਅਸੀਂ ਤਾਂ ਸੋਚਿਆ ਸੀ ਵੀ ਇਹ ਮੁੱਖ ਮੰਤਰੀ ਜਿਹੜਾ ਕਹਿੰਦੇ ਆ ਕਿ ਆਪਸ ਚ ਲੋਕਾਂ ਦਾ ਪ੍ਰੇਮ ਵਧੂਗਾ ਅਸੀਂ ਆਮ ਸਹਿਮਤੀ ਬਣਾਵਾਂਗੇ ਤੇ ਮੈਂ ਕਤਲਗਾਰ ਮੈਂ ਜ਼ਰੂਰ ਸੋਚਿਆ ਸੀ ਵੀ ਅੱਛੀ ਗੱਲ ਆ ਇਹ ਪਰ ਇਹ ਤਾਂ ਉਸ ਤੋਂ ਜ਼ਿਆਦਾ ਕੜਵੱਟ ਵਧਾਦੀ ਲੋਕਾਂ ਚ ਪੰਜਾਬ ਦੇ ਚ ਕਤਲੋਗਾਰਤ ਵੀ ਹੋਣ ਲੱਗੀ ਇੱਕ ਦੂਜੇ ਨਾਲ ਮਾਰਾ ਮਾਰੀ ਹੋਣ ਲੱਗੀ ਇਹ ਇਹਨਾਂ ਦੀ ਗਲਤ ਤਰੀਕੇ ਦੀ ਵਜ੍ਹਾ ਕਰਕੇ ਆ ਐਮਐਲਏਆਂ ਦਾ ਇੰਨਾ ਇੰਟਰਫੀਰੈਂਸ ਨਹੀਂ ਹੋਣਾ ਚਾਹੀਦਾ ਵਿਧਾਇਕਾਂ ਦਾ ਤੇ ਸਰਕਾਰੀ ਪਾਰਟੀ ਦਾ ਉਹ ਵੀ ਇੰਟਰਫੀਰੈਂਸ ਬਹੁਤ ਜ਼ਿਆਦਾ ਹੋਇਆ ਇਹ ਠੀਕ ਹੈ ਕਿ ਮੈਂ ਮੰਨਦਾ ਇਸ ਚੀਜ਼ ਨੂੰ ਕਿ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਹੁੰਦਾ ਸੀ ਕਾਂਗਰਸ ਦੀ ਸਰਕਾਰ ਆਈ ਉਦੋਂ ਵੀ ਹੁੰਦਾ ਸੀ ਪਰ ਮੈਨੂੰ ਇਹ ਜਿਹੜਾ ਕਹਿੰਦੇ ਸੀ ਇਸ ਦਾ ਬਦਲਾਅ ਕਰਨਾ ਹੈ ਇੰਨਾ ਕੁ ਬਦਲਾਅ ਹੀ ਕਰ ਦਿੰਦੇ ਕਿ ਇਹ ਕੰਮ ਨਾ ਹੁੰਦਾ ਔਰ ਇਹ ਬੜੀ ਮੰਦ ਭਾਗੀ ਗੱਲ ਆ ਮਾਨਯੋਗ ਹਾਈ ਕੋਰਟ ਨੇ ਥੋੜਾ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਿਆ ਇਹਦੇ 'ਚ ਉਹਨਾਂ ਨੇ ਜੋ ਫੈਸਲਾ ਦਿੱਤਾ ਨਹੀਂ ਤਾਂ ਇਹ ਤਾਂ ਇੱਕ ਤਰ੍ਹਾਂ ਨਾਲ ਇਹਨਾਂ ਨੇ ਬਿਲਕੁਲ ਹੀ ਇਹ ਕਰਤਾ ਸੀ ਜਿਵੇਂ ਜੰਗਲ ਰਾਜ ਹੁੰਦਾ ਜਿਹਨੂੰ ਬਣਾਵਾਂਗੇ ਬਣਾਵਾਂਗੇ ਜਿਹਨੂੰ ਨਹੀਂ ਬਣਾਵਾਂਗੇ ਨਹੀਂ ਬਣਾਵਾਂਗੇ ਪੇਪਰ ਰੱਦ ਕਰਦੇ ਹੋ ਇਹ ਕਰਦੇ ਹੋ ਵੀ ਆਮ ਸਹਿਮਤੀ ਬਣਦੀ ਹੈ ਤੇ ਉਹ ਪ੍ਰੇਮ ਨਾਲ ਹੀ ਬਣਦੀ ਹੈ ਨਾ ਫਿਰ ਬੋਲੀਆਂ ਲਗਾਉਣੀਆਂ ਸ਼ੁਰੂ ਕਰਤੀਆਂ ਉਸ ਤਰ੍ਹਾਂ ਦਾ ਵੀ ਇੱਕ ਤਰੀਕਾ ਹੋ ਗਿਆ ਡੈਮੋਕ੍ਰੇਸੀ 'ਚ ਇਹ ਹੁੰਦਾ ਬੋਲੀਆਂ ਲੱਗਦੀਆਂ ਨੇ ਤਾਂ ਇਹ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਇੱਕ ਤਾਂ ਅਨੁਭਵ ਹਿੰਤਾ ਵੀ ਹੈ ਪਰਫਾਰਮੈਂਸ ਵੀ ਨਹੀਂ ਦਿਖਾ پا ਰਹੇ ਔਰ ਜਿਹੜੇ ਫੈਸਲੇ ਲੈਂਦੇ ਨੇ ਉਹ ਫੈਸਲੇ ਵੀ ਇੱਥੋਂ ਨਹੀਂ ਹੁੰਦੇ ਪੰਜਾਬ ਚੋਂ ਨਹੀਂ ਹੁੰਦਾ ਤੂੰ ਦੇਖੋ ਚੌਥਾ ਚੀਫ ਸੈਕਟਰੀ ਆ ਗਿਆ ਪੰਜਾਬ ਦਾ ਇੱਕ ਸਾਲ ਚ ਪਕੜ ਬਣਦੀ ਐ ਸਟੇਟ ਤੇ ਸਾਡੀ ਆਰਥਿਕਤਾ ਕਿੱਦਾਂ ਠੀਕ ਹੋਏਗੀ ਔਰ ਡੀਜੀਪੀ ਅਜੇ ਤੱਕ ਪੱਕਾ ਹੀ ਨਹੀਂ ਲਗਾਇਆ ਗਿਆ ਉਹ ਟੈਂਪਰੇਰੀ ਚੱਲ ਰਿਹਾ ਇਹ ਕਿਉਂ ਚੱਲ ਰਿਹਾ ਤਾਂ ਔਰ ਫਿਰ ਕੇਜਰੀਵਾਲ ਜੀ ਦਾ ਜਿਹੜਾ ਉੱਥੇ ਐਡਵਾਈਜ਼ਰ ਸੀ ਉਹਨੂੰ ਇੱਥੇ ਐਡਵਾਈਜ਼ਰ ਲਗਾ ਦਿਓ ਜੀ ਇਹਨਾਂ ਦਾ ਸਾਰਾ ਸਟਾਫ ਹਟਾ ਦਿਓ ਜੀ ਜੇ ਕੋਈ ਚੀਫ ਮਿਨਿਸਟਰ ਆਪਣੀ ਮਨਮਰਜ਼ੀ ਦਾ ਆਪਣਾ ਸਟਾਫ ਵੀ ਨਹੀਂ ਰੱਖ ਸਕਦਾ ਤੇ ਉਹ ਕੀ ਪਰਫਾਰਮ ਕਰੂਗਾ ਜੀ ਕੀ ਚਾਹੁੰਦੇ ਕੀ ਨੇ ਕੇਜਰੀਵਾਲ ਜੀ ਪੰਜਾਬ ਦਾ ਕੀ ਕਰਨਾ ਚਾਹੁੰਦੇ ਆ ਇਸ ਕਰਕੇ ਮੈਂ ਇਹ ਸਮਝਦਾ ਕਿ ਜੋ ਚੱਲ ਰਿਹਾ ਇਹ ਲੋਕਤੰਤਰ ਦਾ ਨਹੀਂ ਠੀਕ ਨਹੀਂ ਹੈ ਔਰ ਇਹ ਬਦਲਾਅ ਵਾਲੇ ਜਿਹੜੇ ਆਏ ਸੀ ਇਹਨਾਂ ਕੋਲੋਂ ਤਾਂ ਬਚਾਈ ਕਰ ਲਓ ਉਹ ਚੰਗਾ ਤੇ ਮੈਨੂੰ ਇਹ ਬੜੀ ਮੰਦਭਾਗੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਸਰ ਉਸ ਦਿਨ ਨਾਲ ਹੀ ਪੰਚਾਇਤੀ ਰਾਜ ਸੋਧ ਬਿੱਲ ਲਿਆਂਦਾ ਗਿਆ ਤਾਂ ਜੋ ਬਿਨਾਂ ਕਿਸੇ ਚਿੰਨ ਦੀ ਵਰਤੋਂ ਦੇ ਬਿਨਾਂ ਕਿਸੇ سپورਟ ਦੇ ਵੋਟਾਂ ਹੋ ਸਕਣ ਸਰਵਸੰਮਤੀ ਨਾਲ ਵੋਟਾਂ ਦੀ ਗੱਲ ਕਹੀ ਗਈ ਪਰ ਉਹ ਸਾਰੇ ਹਾਲਾਤਾਂ ਦੇ ਵਿੱਚ ਤਸਵੀਰਾਂ ਜਿਹੀਆਂ ਨਜ਼ਰ ਆ ਰਹੀਆਂ ਨੇ ਜਾਂ ਫਿਰ ਸਰਵਸੰਮਤੀ ਆਪਣੇ ਹਿਸਾਬ ਨਾਲ ਕਰ ਦਿੱਤੀ ਜਾਂਦੀ ਹੈ ਜੇਕਰ ਕਿਤੇ ਸਰਵਸੰਮਤੀ ਨਾ ਬਣ ਜਾਂਦਾ ਤਾਂ ਉੱਥੇ ਹੀ ਸਰਪੰਚ ਨੂੰ ਹੀ ਮਾਰ ਦਿੱਤਾ ਜਾਂਦਾ ਅਜਿਹੇ ਇਨਸੀਡੈਂਟ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਹੋਰ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਇਹ ਦੇਖੋ ਇੱਕ ਤਾਂ ਜਦੋਂ ਲੋਕ ਰਾਜ ਹੁੰਦਾ ਨਾ ਜਿਹੜਾ ਉਹਦੇ ਚ ਲੋਕ ਰਾਜ ਲੋਕਾਂ ਦੀ ਸ਼ਰਮ ਬਹੁਤ ਜ਼ਰੂਰੀ ਹੁੰਦੀ ਹੈ ਇਹਨਾਂ ਨੂੰ ਲੋਕ ਲਾਜ ਵੀ ਨਹੀਂ ਹੈ ਪ੍ਰੋਬਲਮ ਇਹ ਹੈ ਸਭ ਤੋਂ ਵੱਡੀ ਕਿ ਵੀ ਤੁਸੀਂ ਜਦੋਂ ਕਹਿੰਦੇ ਹੋ ਕਿ ਅਸੀਂ ਆਮ ਸਹਿਮਤੀ ਬਣਾਉਣੀ ਹੈ ਤੇ ਤੁਸੀਂ ਘੱਟ ਤੋਂ ਘੱਟ ਇਹਨਾਂ ਤਾਂ ਕਰ ਲੋ ਕਿ ਆਮ ਸਹਿਮਤੀ ਬਣਾਓ ਪਰ ਇਸ ਤਰ੍ਹਾਂ ਨਾ ਨ ਕਰੋ ਕਿ ਉਹਨਾਂ ਦੀ ਕੜਵਾਹਟ ਵਧ ਜਾਏ ਗੋਲੀਆਂ ਚੱਲਣ ਇੱਕ ਦੂਜੇ ਦੇ ਲਾਠੀਆਂ ਚੱਲਣ ਇਹ ਤਾਂ ਕਦੇ ਹੋਇਆ ਹੀ ਨਹੀਂ ਇਦਾਂ ਤਾਂ ਇਸ ਵਾਰ ਤਾਂ ਹੋਰ ਹੀ ਬਹੁਤ ਜ਼ਿਆਦਾ ਹੋ ਗਿਆ ਵੀ ਜ਼ਬਰਦਸਤੀ ਤੁਸੀਂ ਅਬਦੇ ਹੀ ਬੰਦੇ ਬਿਠਾਉਣੇ ਆ ਔਰ ਉਹ ਚਾਹੇ ਚੋਰ ਹੋਣ ਚਾਹੇ ਠੱਗ ਹੋਣ ਦੂਜੇ ਚਾਹੇ ਸਾਹਮਣੇ ਬਹੁਤ ਅੱਛੇ ਭਲੇ ਲੋਕ ਪਿੰਡਾਂ 'ਚ ਬਹੁਤ ਭਲੇ ਲੋਕ ਨੇ ਪੰਜਾਬ 'ਚ ਤਾਂ ਬਹੁਤ ਅੱਛੇ ਲੋਕ ਸੇਵਾ ਭਾਵੀ ਲੋਕ ਵੀ ਰਹਿੰਦੇ ਆ ਔਰ ਪਿੰਡਾਂ ਦੇ ਹਾਲਾਤ ਵੀ ਸੁਧਰ ਸਕਦੇ ਆ ਪਰ ਮੈਂ ਸਮਝਦਾ ਕਿ ਇਹਨਾਂ ਦੇ ਐਮ.ਐਲ.ਏ. ਜਾ ਕੇ ਪੰਚਾਇਤ ਕੋਲ ਕਿੰਨਾ ਫੰਡ ਪਿਆ ਕਈ ਕਈ ਪਿੰਡਾਂ ਕੋਲ ਨਾ 35-35 ਕਰੋੜ ਰੁਪਏ ਪਿਆਗੇ ਤੇ 3 ਕਰੋੜ ਰੁਪਏ ਉਹ ਤਾਂ ਉਹਦੀ ਯੋਜਨਾ ਬਣਾਉਂਦੇ ਆ ਇਹੋ ਜਿਹੇ ਬੰਦੇ ਲਾ ਕੇ ਕਿ ਅਸੀਂ ਇਹ ਖਾਣਾ ਕਿਵੇਂ ਅੱਗੇ ਬਰਾਈਵ ਦੀ ਗੱਲ ਆ ਸਾਰੀ ਇਹ ਨਹੀਂ ਹੋਣਾ ਚਾਹੀਦਾ ਮੈਂ ਇਹ ਸਮਝਦਾ ਕਿ ਇਸ ਪਾਰਟੀ ਨੇ ਤਾਂ ਬਹੁਤ ਹੀ ਪੁਰਾਣਾ ਸਤਿਆਨਾਸ਼ ਕਰਤਾ ਔਰ ਪੰਜਾਬ ਨੂੰ ਸੰਭਲਣ ਦੀ ਜ਼ਰੂਰਤ ਹੈ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਸਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨਤੀਜਾ ਆ ਗਿਆ ਹੈ ਬੀਜੇਪੀ ਦੇ ਪੱਖ ਦੇ ਵਿੱਚ ਨਤੀਜਾ ਆਇਆ ਹੈ ਇੱਕਦਮ ਪੂਰੀ ਕਹਿੰਦੇ ਗੇਮ ਹੀ ਪਲਟ ਜਾਂਦੀ ਆ ਉਸ ਤਰ੍ਹਾਂ ਦਾ ਨਤੀਜਾ ਸਾਹਮਣੇ ਆਇਆ ਕਿਉਂਕਿ ਕਾਂਗਰਸ ਦੇ ਵੱਲੋਂ ਤਾਂ ਜਲੇਬੀਆਂ ਤੱਕ ਬਣਵਾ ਲਈਆਂ ਗਈਆਂ ਸੀ ਇਸ ਹਾਲਾਤ ਦੇ ਨਾਲ ਤੁਸੀਂ ਪੰਜਾਬ ਦਾ ਹਾਲਾਤ ਕਿਸ ਤਰ੍ਹਾਂ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖਣਾ ਵੀ ਪੰਜਾਬ 'ਚ ਵੀ ਜਦੋਂ 27 ਆਉਣੀ ਹੈ ਨਾ ਉਦੋਂ ਤੱਕ ਬੀਜੇਪੀ ਦੀ ਜ਼ਰੂਰਤ ਮਹਿਸੂਸ ਹੋ ਜਾਣੀ ਹੈ ਲੋਕਾਂ ਨੇ ਆਪ ਲੈ ਕੇ ਆਉਣੀ ਹੈ ਕਿਉਂਕਿ ਜੇ ਕਤਲੋਗਾਰਤ ਰੋਕਣੀ ਆ ਜੇ ਨਸ਼ਿਆਂ ਦਾ ਕਾਰੋਬਾਰ ਰੋਕਣਾ ਉਹ ਬੀਜੇਪੀ ਤੋਂ ਬਿਨਾ ਕੋਈ ਨਹੀਂ ਰੋਕ ਸਕਦਾ ਅਸੀਂ ਯੂਪੀ ਚ ਕਰਕੇ ਦਿਖਾਇਆ ਨਾ ਜੋਗੀ ਜੀ ਨੇ ਕਰਕੇ ਦਿਖਾਇਆ ਜਿਹੜੇ ਕ੍ਰਾਈਮਨਲ ਨੇ ਜਿਹੜੇ ਹੁਣ ਜੇਲ੍ਹਾਂ ਚੋਂ ਚੱਲ ਰਿਹਾ ਸਾਰਾ ਕੁਝ ਨਾਰਕੋ টেরਰਿਜ਼ਮ ਵੀ ਚੱਲ ਰਿਹਾ ਜੇਲ੍ਹਾਂ ਚੋਂ ਹੀ ਗੈਂਗਸਟਰ ਚੱਲ ਰਹੇ ਨੇ ਜੇਲ੍ਹਾਂ ਚੋਂ ਹੀ ਅਤੰਕਵਾਦ ਚੱਲ ਰਿਹਾ ਤੇ ਤੁਸੀਂ ਉਹ ਨਹੀਂ ਕੰਟਰੋਲ ਕਰ ਪਾ ਰਹੇ ਉਹ ਤਾਂ ਸਰਕਾਰ ਦੀ ਪਰਫਾਰਮੈਂਸ ਦੀ ਦਿੱਕਤ ਆ ਨਾ ਫੈਸਲੇ ਲੈਣ ਦੀ ਦਿੱਕਤ ਆ ਔਰ ਜਿਹੜੇ ਕ腐ਸ਼ਨ ਚੱਲਦੀ ਆ ਉਸ ਨੂੰ ਰੋਕਣ ਦੀ ਦਿੱਕਤ ਆ ਕਿ ਕ腐ਪਸ਼ਨ ਤਾਂ ਇਹਨਾਂ ਨੇ ਰੋਕਣੀ ਆ ਜਿਹੜੇ ਕਹਿੰਦੇ ਸੀ ਅਸੀਂ ਕ腐ਪਸ਼ਨ ਫ੍ਰੀ ਸਟੇਟ ਦੇਵਾਂਗੇ ਉਹਦਾ ਕ腐ਪਸ਼ਨ ਉਸ ਤੋਂ ਜ਼ਿਆਦਾ ਹੋ ਗਈ ਫਿਰ ਹੋਰ ਬਹੁਤ ਕੁਸ਼ਾ ਇਹ ਹੌਲੀ 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 ਲੋਕਾਂ ਦੇ ਸਾਹਮਣੇ ਲਿਆਵਾਂਗੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਬੀਜੇਪੀ ਦੀ ਇੱਕ ਜ਼ਰੂਰਤ ਮਹਿਸੂਸ ਹੋ ਜੇਗੀ 2027 ਤੱਕ ਪਰ ਲਗਾਤਾਰ ਇੱਕ ਮੁੱਦਾ ਚੱਲ ਰਿਹਾ ਇਸ ਸਮੇਂ ਕਿ ਬੀਜੇਪੀ ਪ੍ਰਧਾਨ ਹੀ परे ਹੋ ਗਿਆ ਹੈ ਚੀਜ਼ਾਂ ਤੋਂ ਸੁਨੀਲ ਜਾਖਰ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਾਂਗਰਸ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਲਗਾਤਾਰ ਨਾ ਹੀ ਤਾਂ ਹਾਲੇ ਤੱਕ ਉਹਨਾਂ ਦੀ ਕੋਈ ਵਿਦਾਈ ਸਾਹਮਣੇ ਆਈ ਹੈ ਤੇ ਨਾ ਹੀ ਜਿਹੜੀਆਂ ਆਫੀਸ਼ੀਅਲੀ ਮੀਟਿੰਗਾਂ ਹੋ ਰਹੀਆਂ ਨੇ ਉਸ ਦੀ ਅਗਵਾਈ ਕਰਦੇ ਨਜ਼ਰ ਆ ਰਹੇ ਨੇ ਦੇਖੋ ਬੀਜੇਪੀ ਦਾ ਇੱਕ ਸਿਸਟਮ ਹੈ ਜਿਹੜੇ ਲੋਗ ਦੂਸਰੀਆਂ ਪਾਰਟੀਆਂ ਵਾਲੇ ਨੇ ਉਹ ਬੀਜੇਪੀ ਨੂੰ ਸਮਝਦੇ ਨਹੀਂ ਅਸੀਂ ਕੈਡਰ ਬੇਸਡ ਕਮ ਮਾਸ ਬੇਸ ਆਰਗੇਨਾਈਜੇਸ਼ਨ ਹੈ ਜਾਂ ਤਾਂ ਕਮਿਊਨਿਸਟ ਪਾਰਟੀ ਸੀ ਜਾਂ ਭਾਰਤੀ ਜਨ ਸੰਘ ਸੀ ਸਾਡੇ ਪ੍ਰਧਾਨ ਕਿਸੇ ਇੱਕ ਨੂੰ ਬਣਾਉਣਾ ਹੁੰਦਾ ਪਾਰਟੀ ਸਾਰੇ ਮਿਲ ਕੇ ਚਲਾਉਂਦੇ ਆ ਇਸ ਕਰਕੇ ਬਾਕੀ ਲੋਕ ਅਸੀਂ ਸਾਰੇ ਹੀ ਪਾਰਟੀ ਦਾ ਕੰਮ ਕਰਦੇ ਤੁਰੇ ਫਿਰਦੇ ਆ ਜੇ ਪ੍ਰਧਾਨ ਜੀ ਕਿਤੇ ਨਹੀਂ ਹੈਗੇ ਤਾਂ ਕੋਈ ਫਰਕ ਨਹੀਂ ਪੈਂਦਾ 2 4 10 ਦਿਨ ਚ ਬਾਕੀ ਹਾਈ ਕਮਾਂਡ ਦੇਖਦੀ ਹੁੰਦੀ ਹੈ ਇਹ ਕੰਮ ਉਹਨਾਂ ਨੇ ਦੇਖਣਾ ਕਿ ਉਹਨਾਂ ਨੇ ਕੀ ਕਰਨਾ ਤੇ ਅਸੀਂ ਉਹਦੇ ਲਈ ਜਦੋਂ ਸਾਨੂੰ ਪੁੱਛਣਗੇ ਅਸੀਂ ਸਲਾਮ ਮਸ਼ਵਰਾ ਜ਼ਰੂਰ ਦੇਾਂਗੇ ਤੇ ਬਾਕੀ ਕੋਈ ਇਸ ਇਹ ਚਿੰਤਾ ਵਾਲੀ ਗੱਲ ਨਹੀਂ ਕਿ ਪ੍ਰਧਾਨ ਹੈ ਜਾਂ ਨਹੀਂ ਹੈ ਸਾਡੀ ਪਰਫਾਰਮੈਂਸ 'ਚ ਕੋਈ ਕਮੀ ਨਹੀਂ ਆਏਗੀ ਸਭ ਕੁਝ ਚੱਲ ਰਿਹਾ ਹੈ ਬਾਈ ਇਲੈਕਸ਼ਨ ਦੀ ਵੀ ਤਿਆਰੀ ਚੱਲ ਰਹੀ ਹੈ ਉਹਦੇ ਇਨਚਾਰਜ ਵੀ ਲੱਗੇ ਉਹਦਾ ਸਭ ਕੁਝ ਹੋ ਗਿਆ ਬਾਕੀ ਲੋਕ ਵੀ ਤਾਂ ਇੰਪੋਰਟੈਂਟ ਨੇ ਨਾ ਸਾਰੇ ਬੜੇ ਲੀਡਰ ਆ ਸਾਰੇ ਸਾਡੇ ਕੋਲੇ ਐਸੀ ਕੋਈ ਗੱਲ ਨਹੀਂ ਅਨੁਭਵ ਵਾਲੇ ਆ ਸਰ ਪਰ ਉਸ ਦਿਨ ਆਲੀ ਅਸੀਂ ਅਕਾਲੀ ਦਲ ਚ ਵੀ ਦੇਖਦੇ ਸੀ ਕਿ ਜੇਕਰ ਕੈਪਟਨੀ ਨਾ ਹੋਵੇ ਜਾਂ ਚਲਾਉਣ ਵਾਲਾ ਹੀ ਸਹੀ ਨਾ ਹੋਵੇ ਤਾਂ ਅੱਗੇ ਪੂਰੀ ਪਾਰਟੀ ਦਾ ਜਿਹੜਾ ਹਾਲ ਹੁੰਦਾ ਏ ਉਹ ਬਹੁਤ ਔਖਾ ਹੋ ਜਾਂਦਾ ਕਿਉਂਕਿ ਇੱਕ ਮੇਨ ਜੋ ਹੈਂਡਲ ਕਰ ਰਹਾ ਹੈ ਕੈਪਟਨ ਇਸ ਸਮੇਂ ਨਜ਼ਰ ਨਹੀਂ ਆ ਰਿਹਾ ਭਾਜਪਾ ਦੇ ਬਾਕੀ ਲੀਡਰ ਨਜ਼ਰ ਆ ਰਹੇ ਨੇ ਜਲਦੀ ਸਾਰਾ ਕੁਝ ਠੀਕ ਹੋ ਜਾਣਾ ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਹੈ ਤੁਸੀਂ ਆਉਣ ਵਾਲਾ ਦੇਖੋ ਤੇ ਬੀਜੇਪੀ ਦਾ ਆਗਾਜ਼ ਬਹੁਤ ਅੱਛਾ ਹੋਇਆ ਇਹ ਹਰਿਆਣਾ ਦੀ ਵਜ੍ਹਾ ਕਰਕੇ ਤੇ ਤੁਸੀਂ ਪੰਜਾਬ ਚ ਵੀ ਉਹਦਾ ਉਤਸ਼ਾਹ ਸਾਡੇ ਵਰਕਰਾਂ ਚ ਦੇਖਣਾ ਤੇ ਆਹ ਜਿਮਨੀ ਚੋਣਾ ਚ ਵੀ ਦੇਖ ਲੈਣਾ ਕੀ ਹੁੰਦਾ ਬਾਈ ਇਲੈਕਸ਼ਨ ਆ ਗਏ ਨਾ ਤੇ ਅਜੇ ਤਾਂ ਟਾਈਮ ਹੈ ਉਹਦੇ ਚ ਪਰ ਸਾਡੀ ਤਿਆਰੀ ਹੁਣ ਤੋਂ ਹੀ ਚੱਲ ਰਹੀ ਹੈ ਦੇ ਨਾਲ ਹੀ ਮੇਰਾ ਆਖਰੀ ਸਵਾਲ ਹੈ ਇੱਕ ਪਾਸੇ ਬੀਜੇਪੀ ਦੇ ਵਿੱਚ ਜਦੋਂ ਵੀ ਸੁਨੀਲ ਜਾਖੜ ਪ੍ਰਧਾਨ ਬਣੇ ਇਸ ਤੋਂ ਬਾਅਦ ਸਵਾਲ ਚੁੱਕੇ ਗਏ ਕਿ ਇੱਕ ਕਾਂਗਰਸ ਦੇ ਵਿੱਚ ਉਹ ਆਏ ਪ੍ਰਧਾਨ ਬਣ ਗਏ ਤੇ ਉਹੀ ਚੀਜ਼ ਸਾਨੂੰ ਹੁਣ ਨਜ਼ਰ ਆਈ ਜਦੋਂ ਰਵਨੀਤ ਵਿੱਟੂ ਪਾਰਟੀ ਜੁਆਇਨ ਕਰਦੇ ਨੇ ਹਾਰਦੇ ਨੇ ਫਿਰ ਵੀ ਮੰਤਰੀ ਮੰਡਲ ਦੇ ਵਿੱਚ ਚਲੇ ਜਾਂਦੇ ਨੇ ਕੀ ਬਾਰਲੀ ਪਾਰਟੀ ਦੇ ਵਿੱਚੋਂ ਲਿਆ ਕੇ ਇਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਦੇ ਨੇ ਜ਼ਿਆਦਾ ਸਹੀ ਨੇ ਜਾਂ ਫਿਰ ਜੋ ਬੀਜੇਪੀ ਦੇ ਵਿੱਚ ਲੰਬੇ ਸਮੇਂ ਤੋਂ ਹਨ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਇਸ ਤਰ੍ਹਾਂ ਸਮਾ ਹੋਊਗਾ ਤੇ ਵਿਚਾਰ ਹੋਊਗਾ ਵਿਚਾਰ ਕਰ ਸਾਡੇ ਅਲੱਗ-ਅਲੱਗ ਜਗ੍ਹਾ ਤੇ ਜਿੰਨਾ ਵਿਚਾਰ ਜਿੰਨੀਆਂ ਮੀਟਿੰਗਾਂ ਭਾਜਪੀ ਚ ਹੁੰਦੀਆਂ ਨੇ ਜਾਂ ਸਾਡੇ ਸੰਗਠਨ ਚ ਹੁੰਦੀਆਂ ਨੇ ਉਹ ਦੁਨੀਆਂ ਦੇ ਕਿਤੇ ਨਹੀਂ ਹੁੰਦੀਆਂ ਇਹਦੇ ਤੇ ਪੂਰਾ ਵਿਚਾਰ ਹੋ ਕੇ ਸਹੀ ਫੈਸਲੇ ਹੋਣਗੇ ਐਸੀ ਕੋਈ ਗੱਲ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾ ਬਿਲਕੁਲ ਹੀ ਤਮਾਮ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਤਾਂ ਹੁਣ ਦੇਖਣਾ ਹੋਵੇਗਾ ਕਿ ਅਸਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਕੀ ਹਾਲਾਤ ਰਹਿਣ ਵਾਲੇ ਨੇ ਕਿਉਂਕਿ ਬਾਏ ਇਲੈਕਸ਼ਨ ਵੀ ਆ ਰਹੇ ਨੇ ਤੇ ਦੂਜੇ ਪਾਸੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਜੋ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ ਇਸ ਨੂੰ ਲੈ ਕੇ ਲਗਾਤਾਰ ਸਵਾਲ ਬਣੇ ਹੋਏ ਨੇ ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲਿੰਦਰ ਸਿੱਧੂ এবੀਪੀ ਸੰਜੈਤ ਚੰਡੀਗੜ੍ਹ